ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੋਤ ਸਿੰਘ ਹੈ ਅਤੇ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਂ ਕੈਨੇਡਾ ਪੜ੍ਹਨ ਲਈ ਜਾਣਾ ਚਾਹੁੰਦਾ ਸੀ ਅਤੇ ਜਦੋਂ ਮੈਂ ਇਹਦੇ ਬਾਰੇ ਸੋਚਿਆ ਤਾਂ ਫਿਰ ਮੈਂ ਆਪਣੇ ਟੈਸਟ ਦੇ ਬਾਰੇ ਰਿਸਰਚ ਕਰਨੀ ਸ਼ੁਰੂ ਕੀਤੀ ਵੈਬਸਾਈਟਸ 'ਤੇ, ਤਾਂ ਫਿਰ ਮੈਂ IDP ਵੈਬਸਾਈਟ 'ਤੇ ਜਾ ਕੇ ਸਰਚ ਕੀਤੀ ਆਇਲਸ ਟੈਸਟ ਬਾਰੇ, ਤਾਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਿਊਮਰ ਸੀਗੇ ਵੀ ਆਇਲਸ ਟੈਸਟ ਬਹੁਤ ਡਿਫੀਕਲਟ ਹੁੰਦਾ, ਬਹੁਤ ਇਹਦੇ ਮੋਡਿਊਲ ਸਪੀਕਿੰਗ ਰੀਡਿੰਗ ਰਾਈਟਿੰਗ ਬਹੁਤ ਟਫ ਹੁੰਦੇ ਨੇ, ਤਾਂ ਉਸ ਤੋਂ ਬਾਅਦ ਮੇਰੇ ਵਿੱਚ ਬਹੁਤ ਜ਼ਿਆਦਾ ਪੈਨਿਕ ਸੀ ਵੀ ਟੈਸਟ ਕਿਵੇਂ ਕੁਆਲੀਫਾਈ ਹੋਊਗਾ। ਫਿਰ ਮੈਂ ਇੱਕ ਇੰਸਟੀਟਿਊਟ ਜੁਆਇਨ ਕੀਤਾ ਆਪਣੇ ਨੀਅਰ ਬਾਏ ਹੋਮ ਟਾਊਨ ਦੇ, ਜਿਹੜਾ ਕਿ ਬਹੁਤ ਹੀ ਵਧੀਆ ਇੰਸਟੀਟਿਊਟ ਸੀਗਾ, ਅਤੇ ਉਹਨੇ ਮੈਨੂੰ ਪ੍ਰੋਪਰ ਗਾਈਡਲਾਈਨਸ ਦਿੱਤੀ ਕਿਵੇਂ ਕਿਵੇਂ ਆਪਾਂ ਟੈਸਟ ਨੂੰ ਇੱਕ ਕਲੀਅਰ ਕਰ ਸਕਦੇ ਹਾਂ। ਅਤੇ ਇੱਕ ਬਹੁਤ ਈਜ਼ੀ ਟੈਸਟ ਹੁੰਦਾ ਮੇਰੇ ਲਈ, ਕਿਉਂਕਿ ਜੇ ਆਪਾਂ ਥੋੜ੍ਹਾ ਬਹੁਤ ਸੀਰੀਅਸ ਹੋ ਕੇ ਪੜ੍ਹੀਏ 2 ਮਹੀਨੇ ਦਾ ਆਪਣਾ ਟੈਸਟ ਕੁਆਲੀਫਾਈ ਹੋ ਜੂ, ਇਹ ਕੋਈ ਜ਼ਿਆਦਾ ਰੋਕਟ ਸਾਇੰਸ ਨਹੀਂ ਹੁੰਦੀ, ਤਾਂ ਇਹਦੇ ਲਈ ਬਹੁਤ ਸੌਖਾ ਟੈਸਟ ਹੈ, ਤਾਂ ਤੁਸੀਂ ਵੀ ਆਪਣਾ ਟੈਸਟ ਕਲੀਅਰ ਕਰ ਸਕਦੇ ਹੋ ਜੇ ਤੁਸੀਂ ਡੈਡੀਕੇਸ਼ਨ ਦੇ ਨਾਲ 2 ਮਹੀਨੇ ਤਿਆਰੀ ਕੀਤੀ। ਬਾਕੀ ਕੈਨੇਡਾ ਵਿੱਚ ਇਹ ਬਹੁਤ ਈਜ਼ੀ ਟੈਸਟ ਮੰਨਿਆ ਜਾਂਦਾ ਹੈ, ਐਂਡ ਮੇਰੇ ਹੁਣ 6.5 ਓਵਰਆਲ ਬੈਂਡ ਆ ਚੁੱਕੇ, ਅਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ, ਅਤੇ ਹੁਣ ਆਪਣੀ ਵੀਜ਼ਾ ਫਾਈਲਿੰਗ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੋਈ ਹੈ, ਐਂਡ ਜਲਦੀ ਹੀ ਆਈ ਹੋਪ ਮੇਰਾ ਵੀਜ਼ਾ ਆ ਜੂਗਾ ਐਂਡ ਫਿਰ ਮੈਂ ਕੈਨੇਡਾ ਚਲ ਜਾਊਂਗਾ। ਕੈਨੇਡਾ ਮੀਨਸ ਆਇਲਸ ਐਂਡ ਸੋ ਸੀ ਯੂ ਗਾਈਜ਼, ਆਈ ਹੋਪ ਆਲ ਦ ਬੈਸਟ।